1980 ਦੇ ਵਿੱਚ IPS PS ਪਿੰਡਰ ਉਹਨਾਂ ਦੇ ਘਰ ਦੇ MP ਹੋਈ ਹੈ ਬੀਬੀ ਸੁਖਵੰਤ ਕੌਰ। ਹਰ ਦੂਰੋਂ ਕਿਤੇ ਰਿਲੇਸ਼ਨ ਸੀ। 1980 'ਚ ਮੈਂ ਉਹਨਾਂ ਦੇ ਨਾਲ ਪਰਸਨਲ ਗਨਮੈਨ ਰਿਹਾ, ਪਰ ਮੇਰੀ ਪੜ੍ਹਾਈ ਨਹੀਂ ਸੀ ਕਿ ਉਹ ਮੈਨੂੰ ਕੁਝ ਬਣਾ ਸਕਦੇ। DGP KPS ਗਿੱਲ ਸੀ ਉਸ ਟਾਈਮ, ਉਹਨਾਂ ਪੰਜਾਬ ਤੋਂ ਬੁਲਾਇਆ, ਉਹ ਸਪੈਸ਼ਲ ਮੇਰੇ ਵਾਸਤੇ ਗਏ। ਉਹਨਾਂ ਆਪ ਕੋਲ ਖੜ੍ਹੇ ਹੋ ਕੇ ਮੈਨੂੰ ਇੰਟੈਰੋਗੇਸ਼ਨ ਕਰਵਾਇਆ, ਅਤੇ ਬਾਅਦ 'ਚ ਫਿਰ ਉਹਨਾਂ ਇਹ ਗੱਲ ਆਖੀ ਵੀ ਇਹ ਸਾਡੇ ਕੋਲ ਇਹਦਾ ਕੋਈ ਕੇਸ ਨਹੀਂ। ਪਹਿਲਾਂ ਮੀਡੀਆ ਆਇਆ ਤਾਂ ਉਹਨਾਂ ਮੈਨੂੰ ਪੁੱਛਿਆ, ਸਵਾਲ ਕੀਤਾ ਵੀ ਆਪਣਾ ਇਨਸਾਫ ਮੋਰਚਾ ਤੁਹਾਡੇ ਕੋਲ ਕੋਈ ਆਇਆ? ਹਾਂਜੀ। ਅਤੇ ਮੈਂ ਕਿਹਾ ਨਹੀਂ, ਅਤੇ ਮੈਂ ਸਿਰਫ ਸੱਚ ਬੋਲਿਆ। ਉਹ ਮੈਨੂੰ ਕਹਿੰਦੇ ਕਿ ਅਮਰਪਾਲ ਸਿੰਘ ਥੋੜ੍ਹੀ ਦੂਰ ਘਰ ਆ, ਤੁਹਾਨੂੰ ਮਿਲਣ ਆਇਆ। ਮੈਂ ਕਿਹਾ ਨਹੀਂ। ਤਾਂ ਉਹਦਾ ਮਤਲਬ ਇਹ ਤਾਂ ਨਹੀਂ ਕਿ ਵੀ ਮੈਂ ਅਮਰਪਾਲ ਸਿੰਘ ਨੂੰ ਲੈਕ ਨਹੀਂ ਕਰਦਾ ਜਾਂ ਉਹ ਮੈਨੂੰ ਲੈਕ ਨਹੀਂ ਕਰਦਾ। ਇਹ ਹਨ ਗੁਰਦੀਪ ਸਿੰਘ ਖੇੜਾ, ਜੋ ਉਹਨਾਂ ਸਿੱਖ ਕੈਦੀਆਂ ਦੀ ਲਿਸਟ ਵਿੱਚ ਹਨ ਜਿਨ੍ਹਾਂ ਦੀ ਰਿਹਾਈ ਦੀ ਮੰਗ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਖੇੜਾ 1990 ਤੋਂ ਜੇਲ੍ਹ ਵਿੱਚ ਬੰਦ ਹਨ। ਉਹਨਾਂ ਨੂੰ ਦਿੱਲੀ ਅਤੇ ਕਰਨਾਟਕ ਵਿੱਚ ਬੰਬ ਧਮਾਕਿਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਦੋਵੇਂ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਗੁਰਦੀਪ ਸਿੰਘ ਖੇੜਾ ਫਿਲਹਾਲ ਪੈਰੋਲ ਉੱਤੇ ਹਨ। ਸਿੱਖ ਕੈਦੀਆਂ ਦੀ ਰਿਹਾਈ ਲਈ ਮੋਹਾਲੀ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਤਾਂ SGPC ਦਸਤਖਤ ਮੁਹਿੰਮ ਚਲਾ ਰਹੀ ਹੈ। ਗੁਰਦੀਪ ਸਿੰਘ ਖੇੜਾ ਮੁਤਾਬਕ ਅਜਿਹੇ ਮੋਰਚੇ ਜਾਇਜ਼ ਹਨ। ਵੇਖੋ, ਬੇਇਨਸਾਫੀ ਵਾਸਤੇ ਆਵਾਜ਼ ਕੋਈ ਵੀ ਉਠਾਉਂਦਾ ਵਾ ਤਾਂ ਚੰਗੀ ਗੱਲ ਆ। ਹਾਂਜੀ, ਚਾਹੇ ਉਹ ਦਸਤਕੀ ਮੁਹਿੰਮ ਚਲਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਇਨਸਾਫ ਮੋਰਚਾ ਲੱਗਾ ਵਾ। ਹਾਂਜੀ, ਇਹਦੇ ਵਿੱਚ ਮਤਲਬ ਸਾਰੇ ਧਰਮ ਦੇ ਲੋਕ, ਸਾਰੀ ਰਾਜਨੀਤੀ ਪਾਰਟੀਆਂ ਜਿਹੜੀਆਂ ਉਹ ਆਵਾਜ਼ ਉਠਾ ਰਹੀਆਂ ਨੇ ਵੀ ਇਹ ਗਲਤ ਗੱਲ ਹੈ, ਇਹਨਾਂ ਦੀ ਸਜ਼ਾ ਜਿੰਨਾ ਪੂਰੀ ਹੋ ਗਈ ਨਾ ਰਿਹਾਅ ਕਰਨਾ ਚਾਹੀਦਾ। ਮੈਂ ਨਾਲ ਇੱਕ ਹੋਰ ਲਫ਼ਜ਼ ਜੋੜਦਾ ਵਾਂ ਵੀ ਮੈਂ ਤਾਂ ਕਹਿੰਦੇ ਜਿੰਨ ਹੋਰ ਵੀ ਜਿਹੜੇ ਧਰਮਾਂ ਦੇ ਲੋਕ ਆ, ਸਾਈ ਮਤਲਬ ਚਾਹੇ ਉਹ ਕਿਸੇ ਵੀ ਧਰਮ ਨਾਲ ਬੰਦਾ ਸੰਬੰਧ ਰੱਖਦਾ ਹੋਵੇ, ਜਿਹਨੇ ਕੋਰਟ ਵੱਲੋਂ ਦਿੱਤੀ ਸਜ਼ਾ ਪੂਰੀ ਕਰ ਲਈ, ਉਹ ਸਾਰੇ ਪੂਰੇ ਭਾਰਤ ਦੇ ਵਿੱਚ ਸਾਰੇ ਰਿਹਾਅ ਹੋਣੇ ਚਾਹੀਦੇ। ਹਾਲ ਹੀ ਵਿੱਚ ਮੀਡੀਆ ਵਿੱਚ ਗੁਰਦੀਪ ਸਿੰਘ ਖੇੜਾ ਅਤੇ ਅੰਮ੍ਰਿਤਪਾਲ ਦੀ ਮੁਲਾਕਾਤ ਹੋਣ ਜਾਂ ਨਾ ਹੋਣ ਬਾਰੇ ਖਬਰਾਂ ਚੱਲੀਆਂ। ਅੰਮ੍ਰਿਤਪਾਲ ਨੇ ਕਿਹਾ ਕਿ ਉਹਨਾਂ ਦੀ ਮੁਲਾਕਾਤ ਹੋਈ ਹੈ। ਗੁਰਦੀਪ ਖੇੜਾ ਨੇ ਗੱਲਬਾਤ ਵਿੱਚ ਅੰਮ੍ਰਿਤਪਾਲ ਨਾਲ ਉਹਨਾਂ ਦੇ ਰਿਸ਼ਤੇ ਬਾਰੇ ਵੀ ਦੱਸਿਆ ਅਤੇ ਮੁਲਾਕਾਤ ਬਾਰੇ ਵੀ ਪ੍ਰਤੀਕਿਰਿਆ ਦਿੱਤੀ। ਸਾਡੇ ਇੱਕੋ ਨਗਰ ਆ, ਠੀਕ ਹੈ ਨਾ। ਉਹ ਜਦੋਂ ਉਹਨਾਂ ਦਾ ਜਨਮ ਹੋਇਆ ਮੈਂ ਉਦੋਂ ਜੇਲ੍ਹ 'ਚ ਸੀ, ਮੇਰੇ 32 ਸਾਲ ਜੇਲ੍ਹ 'ਚ ਹੋ ਗਈ ਆ, ਉਹਦੀ 27-28 ਸਾਲ ਉਹਨਾਂ ਦੀ ਉਮਰ ਹੈ। ਉਹਦਾ ਚਾਚਾ ਸਰਪੰਚ ਰਿਹਾ ਵਾ ਹਰਜੀਤ ਸਿੰਘ, ਔਰ ਮੇਰੇ ਪਿਤਾ ਜੀ ਪੂਰਾ ਸੰਯੋਗ ਕਰਕੇ ਉਹਨੂੰ ਸਰਪੰਚ ਬਣਾਉਂਦੇ ਰਹੇ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ, ਉਹ ਹੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸਪੋਰਟ ਕਰਦੇ ਰਹੇ। ਔਰ ਜਦੋਂ ਵੀ ਕਿਤੇ ਆ ਕਾਨੂੰਨੀ ਮਤਲਬ ਕਾਗਜ਼ ਕੁਝ ਲੋੜ ਪਈ ਸਰਪੰਚ ਹੋਣ ਦੇ ਨਾਤੇ, ਉਹਨੇ ਸਾਡੀ ਪੂਰੀ ਹਮਾਇਤ ਕੀਤੀ ਹੈ। ਰਾਬਤੇ ਦਾ ਮਤਲਬ ਤਾਂ ਇਹ ਹੁੰਦਾ ਵੀ ਕੋਈ ਮੀਟਿੰਗ ਕੀਤੀ ਬੈਠ ਕੇ, ਇੱਦਾਂ ਨਹੀਂ ਸਾਡੇ ਜਿੱਦਾਂ ਹੁਣ ਅੱਜ ਇਨਸਾਫ ਉਹ ਪਹਿਲਾਂ ਮੀਡੀਆ ਆਇਆ ਤਾਂ ਉਹਨਾਂ ਮੈਨੂੰ ਪੁੱਛਿਆ ਸਵਾਲ ਕੀਤਾ ਵੀ ਆਪਣਾ ਇਨਸਾਫ ਮੋਰਚੇ ਤੋਂ ਤੁਹਾਡੇ ਕੋਲ ਕੋਈ ਆਇਆ? ਹਾਂਜੀ। ਅਤੇ ਮੈਂ ਕਿਹਾ ਨਹੀਂ, ਅਤੇ ਮੈਂ ਸਿਰਫ ਸੱਚ ਬੋਲਿਆ। ਉਹ ਮੈਨੂੰ ਕਹਿੰਦੇ ਕਿ ਅਮਰਪਾਲ ਸਿੰਘ ਥੋੜ੍ਹੀ ਦੂਰ ਘਰ ਆ, ਤੁਹਾਨੂੰ ਮਿਲਣ ਆਇਆ। ਮੈਂ ਕਿਹਾ ਨਹੀਂ। ਤਾਂ ਉਹਦਾ ਮਤਲਬ ਇਹ ਤਾਂ ਨਹੀਂ ਕਿ ਵੀ ਮੈਂ ਅਮਰਪਾਲ ਸਿੰਘ ਨੂੰ ਲੈਕ ਨਹੀਂ ਕਰਦਾ ਜਾਂ ਉਹ ਮੈਨੂੰ ਲੈਕ ਨਹੀਂ ਕਰਦਾ। ਗੁਰਦੀਪ ਸਿੰਘ ਖੇੜਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਸੀ ਤਾਂ ਉਹਨਾਂ ਦਾ ਇਹ ਜਵਾਬ ਸੀ। 1980 ਦੇ ਵਿੱਚ IPS PS ਪਿੰਡਰ ਉਹਨਾਂ ਦੇ ਘਰ ਦੇ MP ਹੋਈ ਹੈ ਬੀਬੀ ਸੁਖਵੰਤ ਕੌਰ। ਹਰ ਦੂਰੋਂ ਕਿਤੇ ਰਿਲੇਸ਼ਨ ਸੀ। 1980 'ਚ ਮੈਂ ਉਹਨਾਂ ਦੇ ਨਾਲ ਪਰਸਨਲ ਗਨਮੈਨ ਰਿਹਾ,
ਪਰ ਮੇਰੀ ਪੜ੍ਹਾਈ ਨਹੀਂ ਸੀ ਕਿ ਉਹ ਮੈਨੂੰ ਕੁਝ ਬਣਾ ਸਕਦੇ। ਪੜ੍ਹਾਈ ਮੇਰੀ, ਮੈਂ ਬਹੁਤ ਜ਼ਿਆਦਾ ਪੜ੍ਹਨਾ ਚਾਹੁੰਦਾ ਸੀ, ਪਰ ਮੇਰਾ ਹਿਸਾਬ ਤਾਂ ਅੰਗਰੇਜ਼ੀ ਮੈਨੂੰ ਅੱਗੇ ਚੱਲੀ ਨਹੀਂ। 9ਵੀਂ ਤੋਂ ਬਾਅਦ ਹਿਸਾਬ ਤਾਂ ਅੰਗਰੇਜ਼ੀ ਨਹੀਂ ਚੱਲਿਆ ਮੇਰਾ ਅੱਗੇ, ਇਸ ਕਰਕੇ ਮੈਂ ਪੜ੍ਹਾਈ ਨਹੀਂ ਕਰ ਸਕਿਆ। ਅਤੇ ਕੁਝ ਵੀ ਅਫਸਰ ਬਣਨਾ ਪੜ੍ਹਾਈ ਤਾਂ ਜ਼ਰੂਰੀ ਹੈ ਨਾ। ਮੈਂ ਉਹ ਚੀਜ਼ ਨੂੰ ਮੁੱਖ ਰੱਖਦਿਆਂ, ਸ਼ਾਇਦ ਪਬਲਿਕ ਜਾਂ ਕੋਈ ਮੀਡੀਆ ਹੋਰ ਬੰਦੇ ਸੋਚਦੇ ਹੋਵੇ, ਨੌਜਵਾਨਾਂ ਤਾਂ ਹੀ ਮੈਂ ਅਪੀਲ ਕੀਤੀ ਆ। ਮੈਂ ਉਹ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦਾ ਵਾਂ ਵੀ ਸਾਰਿਆਂ ਨੂੰ ਪੜ੍ਹਾਈ ਕਰਕੇ ਚੰਗੇ, ਮਤਲਬ ਸਿੱਖਾਂ ਨੂੰ ਹੀ ਤੋਂ ਵੱਧ ਜਿਹੜਾ ਧਿਆਨ ਇਹ ਕਰਨਾ ਚਾਹੀਦਾ। ਸਿੱਖਾਂ 'ਚ ਡਾਕਟਰ ਵੀ ਬਹੁਤ ਨੇ, ਇੰਜੀਨੀਅਰ ਵੀ ਬਹੁਤ ਨੇ, ਪਰ IPS ਅਤੇ IAS ਜਿਹੜੇ ਹੋਮ ਸੈਕਟਰੀ ਵਗੈਰਾ ਬਣਦੇ ਨੇ ਇਹ ਬਹੁਤ ਘੱਟ ਨੇ, ਅਤੇ ਇਹ ਬਣਨਾ ਚਾਹੀਦਾ, ਇਹਨਾਂ ਪੋਸਟਾਂ ਵੱਲ ਧਿਆਨ ਦੇਣਾ ਚਾਹੀਦਾ। 2016 ਤੋਂ ਵੱਖ ਵੱਖ ਸਮਿਆਂ ਉੱਤੇ ਗੁਰਦੀਪ ਸਿੰਘ ਖੇੜਾ ਨੂੰ ਪੈਰੋਲ ਮਿਲਦੀ ਰਹੀ ਹੈ। ਫਿਲਹਾਲ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। DGP KPS ਗਿੱਲ ਸੀ ਉਸ ਟਾਈਮ, ਉਹਨਾਂ ਪੰਜਾਬ ਤੋਂ ਬੁਲਾਇਆ, ਉਹ ਸਪੈਸ਼ਲ ਮੇਰੇ ਵਾਸਤੇ ਗਏ। ਉਹਨਾਂ ਆਪ ਕੋਲ ਖੜ੍ਹੇ ਹੋ ਕੇ ਮੈਨੂੰ ਇੰਟੈਰੋਗੇਸ਼ਨ ਕਰਵਾਇਆ, ਅਤੇ ਬਾਅਦ 'ਚ ਫਿਰ ਉਹਨਾਂ ਇਹ ਗੱਲ ਆਖੀ ਵੀ ਇਹ ਸਾਡੇ ਕੋਲ ਇਹਦਾ ਕੋਈ ਕੇਸ ਨਹੀਂ, ਇਹ ਗੁਰਦੁਆਰੇ ਦਾ ਪੁਜਾਰੀ ਸੀ। ਕਿਉਂਕਿ ਮੈਂ ਉਹ ਮਤਲਬ ਹਿੰਦੀ 'ਚ ਉਹਨਾਂ ਨੂੰ ਸਮਝਾ ਰਿਹਾ ਕਿ ਮੈਂ ਹੁਣ ਪਾਠੀ ਕਹਿਣਗੇ ਤਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਣਾ, ਮੈਂ ਖੰਡ ਪਾਠ ਸਾਹਿਬ ਕਰਦਾ ਸੀਗਾ ਅਤੇ ਦਿੱਲੀ ਕਰਦਾ। ਉਸ 1979 ਤੋਂ ਮੈਂ ਦਿੱਲੀ ਦਾ ਮੇਰਾ ਆਉਣ ਜਾਣੀ, ਹਾਂਜੀ, ਖੰਡ ਪਾਠ ਮੈਂ ਕਿਸੇ ਗੁਰਦੁਆਰੇ ਗ੍ਰੰਥੀ ਨਹੀਂ ਸੀ, ਘਰਾਂ ਦੇ ਵਿੱਚ ਪਾਠ ਕਰਦਾ ਸੀ। ਉਦੋਂ ਤੁਹਾਨੂੰ ਵੀ ਪਤਾ ਕਿ 1990 'ਚ ਪੰਜਾਬ ਦੇ ਹਾਲਾਤ ਕਿੱਦਾਂ ਦੇ ਸੀ, ਠੀਕ ਹੈ। ਪੰਜਾਬ ਦਾ DGP ਜਿਹੜਾ KPS ਗਿੱਲ ਹੋਇਆ, ਜੇ ਮੈਂ ਗਲਤ ਬੰਦਾ ਹੁੰਦਾ ਤਾਂ ਉਹ ਮੈਨੂੰ ਦਿੱਲੀ ਛੱਡ ਕੇ ਆ ਜਾਂਦਾ ਵੀ ਇਹ ਪੁਜਾਰੀ ਹੈ, ਇਹਦਾ ਕੋਈ ਦੋਸ਼ ਨਹੀਂ, ਛੱਡ ਕੇ ਆ ਜਾਂਦਾ ਤੁਹਾਡੇ ਖਿਆਲ ਨਾਲ। ਮੇਰੇ ਸਵਾਲ ਦਾ ਵੀ ਇਹਨਾਂ ਕਿ ਜਵਾਬ ਤੁਸੀਂ ਦੱਸ ਦਿਓ ਵੀ ਅਗਰ ਮੈਂ ਗਲਤ ਹੁੰਦਾ, ਹਾਂਜੀ, ਮੈਂ ਕੁਝ ਕੀਤਾ ਹੁੰਦਾ ਇੰਗਲੈਂਡ ਦਾ ਬੰਦਾ ਹੁੰਦਾ, ਅਤੇ ਉਹ ਮੈਨੂੰ ਉੱਥੇ ਛੱਡ ਕੇ ਉਹਨਾਂ ਦੇ ਹਵਾਲੇ ਕਰਕੇ ਆ ਜਾਂਦੇ ਵਾਪਸ ਖਾਲੀ, ਕਿ ਮੈਨੂੰ ਨਾਲ ਲੈ ਕੇ ਟੰਗਦੇ।